ਭਗਵਾਨ ਰਾਮ ਦਾ ਨਾਮ ਪੂਰੇ ਸਰੀਰ ਦੇ ਉੱਤੇ ਲਿਖਵਾਉਣ ਵਾਲੇ ਲੋਕ ਵੀ ਹੈਗੇ ਨੇ। ਇੱਕ ਖਾਸ ਕਮਿਊਨਿਟੀ ਦੇ ਨੇ, ਅਲੱਗ ਵਰਗ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਰੀਤੀ ਰਿਵਾਜ ਵੀ ਵੱਖਰੇ। ਉਹ ਸ਼੍ਰੀ ਰਾਮ ਦੀ ਮੂਰਤ ਨਹੀਂ ਪੂਜਦੇ, ਉਹ ਸ਼੍ਰੀ ਰਾਮ ਦੀ ਮੂਰਤ ਲਾ ਕੇ ਨਾ, ਜਿਵੇਂ ਹੁਣ ਕਹਿੰਦੇ ਵੀ ਉਹ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਆ, ਉਹ ਨਹੀਂ ਪੂਜਦੇ। ਉਹ ਸ਼੍ਰੀ ਰਾਮ ਨੂੰ ਜਪਦੇ ਆ, ਆਪਣੇ ਸਰੀਰ ਦੇ ਉੱਪਰ ਸਾਰੇ ਸਿਰ 'ਤੇ ਰਾਮ ਲਿਖਾ ਲੈਂਦੇ ਆ, ਰਾਮ 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 ਲਿਖਾ ਦਿੰਦੇ ਆ। ਕਹਿੰਦਾ ਅਸੀਂ ਇੱਦਾਂ ਦੇ ਰਾਮ ਨਹੀਂ ਮੰਨਦੇ, ਇੱਦਾਂ ਰਾਮ ਨਹੀਂ ਮੰਨਦੇ। ਜੋ ਉਹ ਤਾਂ ਕਹਿੰਦੇ ਦਸ਼ਰਥ ਦਾ ਮੁੰਡਾ ਸੀਗਾ, ਜਿਹਦੀ ਗੱਲ ਕਰ ਰਹੇ ਨੇ ਉਹ, ਇਹ ਸ਼੍ਰੇਆਮ ਕਹਿੰਦੇ ਆ, ਉਹ ਦਸ਼ਰਥ ਦਾ ਬੇਟਾ ਸੀਗਾ ਜੀ ਉਹ। ਪਰ ਜਿਹੜਾ ਅਸੀਂ ਰਾਮ ਪੂਜਦੇ ਹਾਂ, ਉਹ ਥਾਂ ਥਾਂ 'ਤੇ ਵਸਿਆ ਹੋਇਆ, ਸਾਡੇ ਅੰਦਰ ਸਾਡੇ ਕਣ ਕਣ ਦੇ ਵਿੱਚ ਵਸਿਆ ਰਾਮ। ਭਗਵਾਨ ਰਾਮ ਦਾ ਨਾਮ ਪੂਰੇ ਸਰੀਰ ਦੇ ਉੱਤੇ ਲਿਖਵਾਉਣ ਵਾਲੇ ਲੋਕ ਵੀ ਹੈਗੇ ਨੇ। ਇੱਕ ਖਾਸ ਕਮਿਊਨਿਟੀ ਦੇ ਨੇ, ਅਲੱਗ ਵਰਗ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਰੀਤੀ ਰਿਵਾਜ ਵੀ ਵੱਖਰੇ ਨੇ ਜੀ। ਛੱਤੀਸਗੜ੍ਹ ਦੇ ਵਿੱਚ ਨਾ ਜੀ ਇੱਕ ਸਮੁਦਾਇ ਹੈਗਾ ਜੀ, ਉਹਨੂੰ ਕਹਿੰਦੇ ਆ ਰਾਮ ਨਾਮੀ। ਇਹ ਵੀ ਚਰਚਾ ਵਿੱਚ ਹੈ ਜੀ, ਰਾਮ ਨਾਮੀ ਸਮੁਦਾਇ ਆ। ਉਹ ਸ਼੍ਰੀ ਰਾਮ ਦੀ ਮੂਰਤ ਨਹੀਂ ਪੂਜਦੇ, ਉਹ ਸ਼੍ਰੀ ਰਾਮ ਦੀ ਮੂਰਤ ਲਾ ਕੇ ਨਾ, ਜਿਵੇਂ ਹੁਣ ਕਹਿੰਦੇ ਵੀ ਉਹ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਆ, ਉਹ ਨਹੀਂ ਪੂਜਦੇ। ਉਹ ਸ਼੍ਰੀ ਰਾਮ ਨੂੰ ਜਪਦੇ ਆ, ਆਪਣੇ ਸਰੀਰ ਦੇ ਉੱਪਰ ਸਾਰੇ ਸਿਰ 'ਤੇ ਰਾਮ ਲਿਖਾ ਲੈਂਦੇ ਆ, ਰਾਮ 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 ਲਿਖਾ ਦਿੰਦੇ ਆ। ਬੜੇ ਕਮਾਲ ਦਾ ਸੁਣਾਇਆ ਜੀ ਇਹ। ਅਤੇ ਅੱਛਾ, ਦੂਜੀ ਗੱਲ ਇਹ ਆ ਕਿ ਜਦੋਂ ਵਿਆਹ ਹੁੰਦਾ ਕਿਸੇ ਦਾ ਨਾ, ਉਹ ਰਾਮ ਚਰਿੱਤਰ ਮਾਨਸ ਨੂੰ ਵਿਚਾਲੇ ਰੱਖ ਕੇ ਉਹਦਾ ਆਨੰਦ ਕਾਰਜ ਕਰਦੇ ਆ, ਮਤਲਬ ਕਿ ਵਿਆਹ ਕਰਦੇ, ਉਹਦਾ ਆਨੰਦ ਕਾਰਜ ਫੇਰੇ ਕਰਦੇ ਆ। ਅਤੇ ਉਹ ਬੜੇ ਇਹਨਾਂ ਸਾਰੰਗੜ ਦਾ ਪਿੰਡ ਮਦਈ ਭਾਠਾ ਹੈਗਾ ਛੱਤੀਸਗੜ੍ਹ ਦਾ, ਆਦਿਵਾਸੀ ਲੋਕਾਂ ਵਰਗੇ ਨੇ ਜੀ ਉਹ, ਆਦਿਵਾਸੀ ਅਤੇ ਉਹਨਾਂ ਵਰਗੇ ਲੋਕ ਨੇ ਜੀ ਉਹ। ਅਤੇ ਉਹ ਹੁਣ ਕੀ ਕਰਦੇ ਆ ਕਿ ਉਹ ਵੀ ਉਹ ਕਹਿੰਦੇ ਨੇ ਖੁਸ਼ੀ ਨੇ ਵੈਸੇ ਉਹ, ਪਰ ਕਹਿੰਦਾ ਅਸੀਂ ਇੱਦਾਂ ਦੇ ਰਾਮ ਨਹੀਂ ਮੰਨਦੇ, ਇੱਦਾਂ ਰਾਮ ਨਹੀਂ ਮੰਨਦੇ। ਜੋ ਉਹ ਤਾਂ ਕਹਿੰਦੇ ਦਸ਼ਰਥ ਦਾ ਮੁੰਡਾ ਸੀਗਾ, ਜਿਹਦੀ ਗੱਲ ਕਰ ਰਹੇ ਨੇ ਉਹ, ਇਹ ਸ਼੍ਰੇਆਮ ਕਹਿੰਦੇ ਆ ਉਹ ਦਸ਼ਰਥ ਦਾ ਬੇਟਾ ਸੀਗਾ ਜੀ ਉਹ। ਪਰ ਜਿਹੜਾ ਅਸੀਂ ਰਾਮ ਪੂਜਦੇ ਹਾਂ, ਉਹ ਥਾਂ ਥਾਂ 'ਤੇ ਵਸਿਆ ਹੋਇਆ, ਸਾਡੇ ਅੰਦਰ ਸਾਡੇ ਕਣ ਕਣ ਦੇ ਵਿੱਚ ਵਸਿਆ ਰਾਮ ਆ। ਫਿਰ ਉਹ ਰਾਮ ਆਪਣੇ ਸਰੀਰ 'ਤੇ ਖੁਣਵਾ ਲੈਂਦੇ ਆ, ਖੁਣਵਾਉਣ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਅਸੀਂ ਉਹ ਰਾਮ ਨੂੰ ਸਾੜਦੇ ਨੇ। ਫਿਰ ਅਸੀਂ ਜਦੋਂ ਬੰਦਾ ਮਰਦਾ ਨਾ ਜੀ, ਉਦੋਂ ਨੂੰ ਸਾੜਦੇ ਨੇ ਰਾਮ ਨੂੰ, ਅਤੇ ਉਹ ਦਫਨਾਉਂਦੇ ਆ ਸਰੀਰ ਨੂੰ। ਡੇਲੀ ਭਜਨ ਬੰਦਗੀ ਹੁੰਦੀ ਆ, ਰਾਮ ਰਾਮ ਜਪਦੇ ਆ, ਡੇਲੀ ਭਜਨ ਬੰਦੀ ਕਰਦੇ ਆ। ਬੜੇ ਕਮਾਲ ਦੇ ਬੰਦੇ ਨੇ ਜੀ ਇਹ, ਅਤੇ ਆਦਿਵਾਸੀ ਕਿਸੇ ਕਹਿੰਦੇ ਆ। ਕੱਲ੍ਹ ਵੈਸੇ ਰਾਹੁਲ ਗਾਂਧੀ ਪਤਾ ਕਹਿੰਦੇ ਉੱਥੇ ਅਸਾਮ ਦੇ ਵਿੱਚ, ਰਾਹੁਲ ਗਾਂਧੀ ਕਹਿੰਦੇ ਕੱਲ੍ਹ ਕਿ ਭਾਜਪਾ ਜਿਹੜੀ ਹੈਗੀ ਆ ਉਹ ਆਦਿਵਾਸੀਆਂ ਨੂੰ ਬਣਵਾਸੀ ਕਹਿੰਦੀ ਆ, ਜੰਗਲਾਂ ਦੇ ਵਾਸੀ, ਐਜੂਕੇਸ਼ਨ ਤੋਂ ਖਤਮ, ਉਹਨਾਂ ਨੂੰ ਕੋਈ ਐਜੂਕੇਸ਼ਨ ਨਹੀਂ, ਪੜ੍ਹਨ ਵਾਸਤੇ ਕੋਈ ਸਹੂਲਤ ਨਹੀਂ, ਭਾਜਪਾ ਨੇ ਉਹਨਾਂ ਨੂੰ ਪੜ੍ਹਨ ਤੱਕ ਦੀ ਸਹੂਲਤ ਤੋਂ ਵਾਂਝੇ ਕਰਤਾ ਕਹਿੰਦੇ, ਕਿਉਂਕਿ ਉਹਨੂੰ ਬਣਵਾਸੀ ਕਹਿੰਦੀ ਆ। ਅਸੀਂ ਕਹਿੰਦੇ ਹਾਂ ਆਦਿਵਾਸੀ, ਆਦਿਵਾਸੀ ਮਤਲਬ ਸ਼ੁਰੂ ਤੋਂ ਵਸਣ ਵਾਲੇ ਬੰਦੇ, ਸ਼ੁਰੂ ਤੋਂ ਇੱਥੇ ਦੇਸ਼ 'ਚ ਵੱਸ ਰਹੇ ਆ, ਉਹ ਆਦਿਵਾਸੀ ਨੇ, ਸ਼ੁਰੂ ਤੋਂ ਵਸਣ ਵਾਲੇ ਆਦਿਵਾਸੀ ਨੇ। ਜਿਹੜੇ ਸਥਾਨਕ ਵਾਸੀ ਨੇ ਉਹਨਾਂ ਨੂੰ ਮਤਲਬ ਕਿ ਸ਼ੁਰੂ ਤੋਂ ਵਸ ਆਦਿਵਾਸੀ, ਪਰ ਇਹ ਬਣਵਾਸੀ ਕਹਿੰਦੇ ਆ। ਜਿੱਦਾਂ ਅੰਗਰੇਜ਼ ਆਏ ਉਰੇ, ਅੰਗਰੇਜ਼ ਦੂਰੋਂ ਆਏ ਸਾਡੇ ਦੇਸ਼ ਦੇ ਲੋਕਾਂ 'ਤੇ ਕਿਵੇਂ ਰਾਜ ਕੀਤਾ ਉਹਨਾਂ ਨੇ, ਕਹਿੰਦਾ ਇਹ ਬਾਹਰ ਜਿਹੜੇ ਇਹ ਬਾਹਰੋਂ ਆਏ ਲੋਕ ਨੇ, ਇਹ ਸ਼੍ਰੇਆਮ ਸਾਡੇ ਦੇਸ਼ 'ਤੇ ਰਾਜ ਕਰ ਰਹੇ ਆ। ਚਲੋ ਇਹ ਕੱਲ੍ਹ ਰਾਹੁਲ ਗਾਂਧੀ ਨੇ ਕੱਲ੍ਹ ਉੱਥੇ ਜਿਹੜੀ ਭਾਰਤ ਜੋੜੋ ਨਿਆਂ ਯਾਤਰਾ ਅਸਾਮ 'ਚ ਪਹੁੰਚੀ ਆ, ਵੈਸੇ ਬ੍ਰਹਮਪੁੱਤਰ ਨਦੀ ਦੇ ਵਿੱਚੋਂ ਉਹ ਲੰਘ ਕੇ ਇੱਕ ਹੋਰ ਥਾਂ 'ਤੇ ਗਏ ਨੇ, ਬਹੁਤ ਜ਼ਿਆਦਾ ਉਹਨਾਂ ਦਾ ਸਵਾਗਤ ਕੀਤਾ ਗਿਆ ਕੱਲ੍ਹ ਰਾਹੁਲ ਗਾਂਧੀ ਦਾ। ਅਤੇ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਹੈਗਾ ਭਾਰਤ ਦੇ ਵਿੱਚ ਜੋ ਲਹਿਰ ਚਲਾ ਰਹੇ ਹਾਂ ਭਾਰਤ ਨੂੰ ਖੁਸ਼ਹਾਲ ਦੇਖਣ ਵਾਸਤੇ, ਉਹ ਆ ਕੇ ਪਰ ਭਾਜਪਾ ਭਾਰਤ ਨੂੰ ਬੰਨਣਾ ਚਾਹੁੰਦੀ ਹੈ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ,
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।